ਜਿਹੜੀ ਤੁਸੀਂ ਹੁਣ ਆਪਣੀ ਐਲਬਮ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਜਿਹੜੀ ਐਲਬਮ ਤੁਸੀਂ ਬਾਹਰ ਲੈ ਕੇ ਆਏ ਹੋ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਸਾਡੇ ਸਰੋਤਿਆਂ ਦੇ ਨਾਲ ਚਾਨਣਾ ਚਾਹੁੰਦੇ ਹਾਂ। ਤੋਂ ਸਬਕ ਸਿੱਖੀ ਦੇ ਬਹਿ ਕੇ ਨਾ ਚੁਰੀਏ ਜੀ ਸਿੱਧੇ। ਇੱਕ ਸਿੰਗਲ ਟਰੈਕ ਹੀ ਕਹਿ ਸਕਦੇ ਹਾਂ, ਅਤੇ ਇਹ ਰਿਕਾਰਡਡ ਮੇਰਾ ਪਹਿਲਾ ਗੀਤ ਹੈ, ਅਤੇ ਉਸ ਤੋਂ ਪਹਿਲਾਂ ਮੈਂ ਆਪਣੇ ਚੈਨਲ 'ਤੇ ਗਾ ਦਿੰਦਾ ਸੀ, ਗਾ ਕੇ ਪਾ ਦਿੰਦਾ ਸੀ। ਸਿੱਧਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਮੇਰੇ ਨਾਨਕੇ ਪਰਿਵਾਰ 'ਚ ਮੇਰੇ ਮਾਮਾ ਜੀ, ਦੋ ਮੇਰੇ ਮਾਮਾ ਜੀ ਰਘਵੀਰ ਚੰਦ ਜੀ ਅਤੇ ਗਿਆਨ ਚੰਦ ਸ਼ਰਮਾ ਜੀ, ਉਹ ਕਵਿਸ਼ਰੀ ਗਾਇਨ ਚੱਲੀਆਂ। ਇੱਕ ਬਲੈਣਾ ਕਹਿੰਦੀਆਂ ਫੈਸ਼ਨ ਚੰਗੇ, ਕਹਿੰਦੀਆਂ ਫੈਸ਼ਨ ਚੰਗੇ, ਪੇਟ ਪੇਟ ਦੇ ਮੁਰਕਾ ਛਾਤੀ ਮੋਢੇ ਸਭ ਨੰਗੇ। ਮੇਰੇ ਨਾਨਾ ਜੀ ਗ੍ਰੰਥਾਂ ਦੇ ਬਹੁਤ ਹੀ ਵਧੀਆ, ਉਹਨਾਂ ਨੇ ਅਧਿਐਨ ਕੀਤਾ ਹੋਇਆ ਸੀ ਅਤੇ ਉਹ ਵੀ ਲਿਖ ਲੈਂਦੇ ਸੀ, ਉਹ ਕੁਝ ਸਤਰਾਂ ਲਿਖ ਲੈਂਦੇ ਕਾਵਿ ਸਤਰਾਂ, ਅਤੇ ਉਹਨਾਂ ਨੂੰ ਹੀ ਫਿਰ ਗੁਣਗੁਣਾ ਲੈਂਦੇ ਸੀ। ਉਹਨਾਂ ਤੋਂ ਮੇਰੇ ਮਾਮਾ ਜੀ ਪ੍ਰੇਰਿਤ ਹੋਏ ਅਤੇ ਅਤੇ ਮਾਮਾ ਜੀ ਦੇ ਉਹਨਾਂ ਦੇ ਪ੍ਰੋਗਰਾਮ ਦੇਖਦਾ ਹੁੰਦਾ ਸੀ ਮੈਂ ਛੋਟਾ ਹੁੰਦਾ, ਅਤੇ ਉਹਨਾਂ ਤੋਂ ਹੀ ਫਿਰ ਮੈਨੂੰ ਪੀਜੀ ਡਿਪਲੋਮਾ ਫੋਕ ਐਂਡ ਸੂਫੀ ਮਿਊਜ਼ਿਕ ਦਾ, ਅਤੇ ਪੀਜੀ ਡਿਪਲੋਮਾ ਫੋਕ ਡਾਂਸਿਸ ਆਫ ਪੰਜਾਬ, ਅਤੇ ਪੀਜੀ ਡਿਪਲੋਮਾ ਆਫ ਉਰਦੂ ਲੈਂਗੁਏਜ, ਇਹ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਮੰਮੀ ਬਚਪਨ 'ਚ ਜਦੋਂ ਮੈਂ ਦੇਖਦਾ ਕੰਮ ਘਰ ਦਾ ਕੰਮ ਕਾਰ ਕਰਦੇ ਹੋਏ ਅਤੇ ਉਹ ਨਾਲ ਨਾਲ ਭਜਨ ਗਾਉਂਦੇ ਹੁੰਦੇ ਸੀ, ਗੁਰਬਾਣੀ ਦੇ ਸ਼ਬਦ ਗਾਇਨ ਕਰਦੇ। ਸੰਗੀਤ ਹੈ ਤੁਹਾਨੂੰ ਪਿੱਛੋਂ ਵਿਰਾਸਤ ਵਿੱਚ ਮਾਂ ਤੋਂ ਹੀ ਮਿਲੇ, ਨਾਨਕੇ ਘਰ ਤੋਂ ਹੀ ਤੁਹਾਨੂੰ ਪ੍ਰੇਰਨਾ ਮਿਲੀ ਹੈ ਗੀਤ ਗਾਉਣ ਦੀ, ਲਿਖਣ ਦੀ। ਕਿਵੇਂ ਉਹਦੇ ਨਾਲ ਗੱਲਾਂ ਹੁੰਦੀਆਂ, ਵਾਹ ਲਾ ਲਈ ਸਭ ਗੁਣੀਆਂ, ਪਰ ਪਤਾ ਨਾ ਲੱਗਿਆ ਕਿੰਨੇ ਕੁ ਰੰਗ ਦੀ ਦੁਨੀਆ। ਨਜ਼ਰ ਨਾ ਆਵੇ ਉਹ ਕਿਹੜੇ ਰਾਣੇ ਜਿੱਥੋਂ ਦੀ ਲੰਘਦੀ ਦੁਨੀਆ। ਮੇਰੇ ਵੱਡੇ ਭਰਾ ਲਾ ਲਓ ਜਾਂ ਮੇਰੇ ਡੈਡੀ ਸਮਾਨ ਅਮਨਦੀਪ ਸਿੰਘ ਜੀ ਸਕੋਟਲੈਂਡ ਤੋਂ, ਗਲਾਸਗੋ ਤੋਂ ਨੇ ਉਹ, ਅਤੇ ਉਹ ਬਹੁਤ ਹੀ ਵਧੀਆ ਰਾਈਟਰ ਨੇ, ਸੁਲਝੇ ਹੋਏ ਇਨਸਾਨ, ਸੁਲਝੇ ਹੋਏ ਰਾਈਟਰ ਕਹਿ ਸਕਦੇ ਹਾਂ। ਸ਼ਬਨਮ ਨੇ ਫੁੱਲਾਂ ਉੱਤੇ ਪੈਣਾ ਹੀ ਹੁੰਦਾ ਏ। ਅਸੀਂ ਰੱਬ ਨੇ ਕਲਾ ਦਿੱਤੀ ਹੈ ਗਾਉਣ ਦੀ, ਅਤੇ ਵਿੱਚੋਂ ਨੇ ਇਸ ਰਚਨਾ ਨੂੰ ਗਾ ਕੇ ਯੋਗਦਾਨ ਪਾਇਆ ਜਾਵੇ, ਅਤੇ ਫਿਰ ਅਸੀਂ ਉਸ ਰਚਨਾ ਨੂੰ ਗਾ ਕੇ ਜ਼ੁਲਮ ਦੀ ਝੱਕ ਨੇ ਆਖਰ ਬਹਿਣਾ ਹੀ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ, ਅਤੇ ਮੈਂ ਹਾਂ ਚਰਨਜੀਤ ਕੌਰ। ਅੱਜ ਅਸੀਂ ਤੁਹਾਡੇ ਨੂੰ ਇੱਕ ਖਾਸ ਇਨਸਾਨ ਦੇ ਨਾਲ ਰੂਬਰੂ ਕਰਨ ਜਾ ਰਹੇ ਹਾਂ, ਜਿਹੜੇ ਸੁਰਾਂ ਦੇ ਮਾਹਿਰ ਨੇ, ਜਿਨ੍ਹਾਂ ਨੇ ਹਾਲਾਂਕਿ ਹੁਣੇ ਕੁਛ ਦਿਨ ਪਹਿਲਾਂ, ਕੁਛ ਮਹੀਨੇ ਪਹਿਲਾਂ ਮਤਲਬ ਆਪਣਾ ਇੱਕ ਨਵਾਂ ਗੀਤ, ਇੱਕ ਨਵੀਂ ਐਲਬਮ ਲੈ ਕੇ ਆਪ ਸਰੋਤਿਆਂ ਦੇ ਸਾਹਮਣੇ ਲੈ ਕੇ ਆਏ ਨੇ। ਸੋ ਜਿਨ੍ਹਾਂ ਦੇ ਗਲੇ ਦੇ ਵਿੱਚ ਆਪ ਸਰਸਵਤੀ ਬੈਠੀ ਹੋਈ ਹੈ, ਸੋ ਬਹੁਤ ਹੀ ਪਿਆਰਾ ਗੀਤ ਹੈ, ਬਹੁਤ ਲਿਖਦੇ ਨੇ, ਗਾਉਂਦੇ ਵੀ ਬਹੁਤ ਸੋਹਣੇ ਨੇ। ਸੋ ਅਸੀਂ ਜ਼ਿਆਦਾ ਦੇਰ ਤੁਹਾਨੂੰ ਇੰਤਜ਼ਾਰ ਨਹੀਂ ਕਰਵਾਉਂਦੇ, ਕਿਉਂਕਿ ਸਾਡੇ ਨਾਲ ਉਹਨਾਂ ਦੇ ਆਪਣੇ, ਉਹਨਾਂ ਦੀ ਮੂੰਹ ਜ਼ਬਾਨੀ ਆਪਾਂ ਸੁਣਾਂਗੇ ਕਿ ਉਹਨਾਂ ਦੇ ਆਪਣੇ ਅੰਦਰ ਕਿਹੋ ਜਿਹੇ, ਕਿੰਨੇ ਕੁ ਗੁਣ ਹੈਗੇ ਨੇ। ਸੋ ਜੋ ਇੰਨਾ ਮਿੱਠਾ ਗਾਉਂਦੇ ਨੇ, ਅਤੇ ਆਪਣੇ ਜੇ ਆਖਾਂ ਮੈਂ ਇੱਕ ਹੋਰ ਗੱਲ ਇਹਦੇ ਨਾਲ ਐਡ ਕਰਕੇ ਕਿ ਪੰਜਾਬ ਦੇ ਹਰ ਗਲੀ ਦੇ ਵਿੱਚ, ਹਰ ਕੋਨੇ ਦੇ ਵਿੱਚ, ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਚਾਨਣ ਮੁਨਾਰਾ, ਸੁਰੀਲਾ ਮੁਨਾਰਾ ਕਿਤੇ ਨਾ ਕਿਤੇ ਲੁਕਿਆ ਹੋਇਆ, ਜਿਨ੍ਹਾਂ ਨੂੰ ਅਜੇ ਤੱਕ ਮੌਕਾ ਨਹੀਂ ਮਿਲਿਆ ਬਾਹਰ ਉਭਰਨ ਦਾ। ਸੋ ਪੰਜਾਬੀ ਵਿਰਾਸਤ USA ਦੇ ਜ਼ਰੀਏ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾਵਾਂਗੇ, ਅਤੇ ਉਹਨਾਂ ਦੀ ਆਪਣੀ ਜ਼ਬਾਨੀ ਉਹਨਾਂ ਦੇ ਮੁੱਖੋਂ ਆਪਾਂ ਸੁਣਾਂਗੇ ਕਿ ਇਸ ਸੰਗੀਤ ਦੀ ਲਾਈਨ ਵਿੱਚ ਕਿਵੇਂ ਆਏ ਨੇ, ਅਤੇ ਇਹ ਇਹਨਾਂ ਨੂੰ ਕਿੱਥੋਂ ਮਿਲਿਆ। ਸੋ ਆਓ ਆਪਾਂ ਜ਼ਿਆਦਾ ਦੇਰ ਤੁਹਾਨੂੰ ਇੰਤਜ਼ਾਰ ਨਹੀਂ ਕਰਵਾਉਂਦੇ, ਮਿਲਦੇ ਹਾਂ ਸੁਰਿੰਦਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ, ਅਤੇ ਪੰਜਾਬੀ ਵਿਰਾਸਤ ਚੈਨਲ 'ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ USA 'ਤੇ। ਸੋ ਬਹੁਤ ਸ਼ੁਕਰੀਆ ਜੀ। ਆਪਣੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ, ਤੁਸੀਂ ਕਿੱਥੇ ਰਹਿੰਦੇ ਹੋ, ਪੰਜਾਬ ਵਿੱਚ ਕਿਹੜੀ ਥਾਂ ਤੇ ਤੁਸੀਂ ਵਸਨੀਕ ਹੋ, ਕਿੱਥੇ ਦੇ ਵਸਨੀਕ ਹੋ ਤੁਸੀਂ? ਹਾਂਜੀ, ਮੇਰਾ ਪਿੰਡ ਕਲਵਾਣਾ ਜੀ, ਜੋ ਪਟਿਆਲਾ ਡਿਸਟ੍ਰਿਕਟ ਵਿੱਚ ਪੈਂਦਾ ਹੈ, ਤੇ ਫਿਲਹਾਲ ਮੈਂ ਪਟਿਆਲੇ ਹੀ ਰਹਿ ਰਿਹਾ ਹੁਣ। ਠੀਕ ਹੈ ਜੀ, ਤੁਸੀਂ ਕਿੰਨਾ ਪੜ੍ਹੇ ਲਿਖੇ ਹੋ, ਤੁਹਾਡੀ ਐਜੂਕੇਸ਼ਨ ਕਿੱਥੇ ਹੋਈ ਸੀਗੀ?
हाँ जी, मुढ़ली सिक्ख्या मेरी 10वीं ते प्लस टू दी मैं पिंड दे स्कूल तो कीती है। तो उस तो बाद ग्रेजुएशन ते एमए पंजाबी लिटरेचर मैं महिंद्रा कॉलेज पटियाला तो, ते उस तो बाद पीजी डिप्लोमा फोक एंड सूफी म्यूजिक दा, ते पीजी डिप्लोमा फोक डांसिस ऑफ पंजाब, जी ते पीजी डिप्लोमा ऑफ उर्दू लैंग्वेज, ये मैं पंजाबी यूनिवर्सिटी पटियाला तो कीती है। जिहड़ा कि हुण तुसीं अपना बहुत वधिया, तुसीं मतलब कि काफ़ी पढ़े लिखे हो, काफ़ी हुनर है तुहाडे अंदर, हर एक हाँ चीज़ जी, PhD कीती हुई तुसां ने। सो जिहड़ी तुसीं हुण अपने एल्बम दे बारे आपां गल करदे, जिहड़ी एल्बम तुसीं बाहर लै के आए हो ओहदे बारे तो थोड़ा जिहा साडे दर्शकों साडे स्रोतियां दे नाल चानना पाओ कि इह की तुहाडी पहली वीडियो हैगी, इह पहला गीत है जो तुसीं अपना रिलीज किया बार। हाँ जी, एल्बम तो नहीं कह सकते, एक सिंगल ट्रैक ही कह सकते हैं। ते ये रिकॉर्डेड मेरा पहला गीत है, ते उस तो पहला मैं अपने चैनल ते गा दिंदा सी, गा के पा दिंदा सी वीडियो, ठीक है ते ये रिकॉर्डेड मेरा पहला गीत है। ठीक है जी, तुसी आप ही लिखते हो? हाँ जी, मैं खुद भी लिखता जी। लिखण दा शौक बचपन तो ही तुहाडा? हाँ जी, बचपन तो ही, बचपन तो गाण दा हो गया, ते जदों लिटरेचर पढ़ते सी तो फिर लिखण दा शौक हो गया जी। कि तुहाडे मतलब पिछे परिवार विच कोई गाउंदा है, कोई गीतकार, इस तरीके नाल तुसी अपने परिवार बारे दसो। हाँ जी, मेरे परिवार च तो नहीं कोई गाँव है गया, ते मेरे नानके परिवार च मेरे मामा जी, दो मेरे मामा जी रघुवीर चंद जी ते ज्ञान चंद शर्मा जी, वो कविश्री गायन करते ने, ते जी मेरे नाना जी ग्रंथां दे बहुत ही वधिया उन्होंने अध्ययन किया हुआ सी, जी ते वो भी लिख लेंदे सी, वो कुछ सत्रां लिख लेंदे काव्य सत्रां, ते उन्होंने ही फिर गुनगुना लेंदे सी। उन्हां तो मेरे मामा जी प्रेरित होए, ते मामा जी दे उन्होंने प्रोग्राम देखता हुंदा सी मैं छोटा हुंदा, ते जी उन्हां तो ही फिर मैनू झिटक लग गई, ते ये गुण मैं मेरी मम्मी तो भी कह सकता हूँ भी उन्हें तो भी है, मतलब मैं उत्साहित होया, क्योंकि मम्मी बचपन च जो तो मैं देखता कम घर का कम कार करते हुए, ते जी वो नाल नाल भजन गाते होंगे सी, गुरबाणी के शब्द गायन करते रहते सी, ते जी मैं उन्हें हेल्प भी कराता, ते नाल नाल मैं भी गा लेंदा सी भजन। मतलब कि भाव कि यह जो संगीत है तुहानू पिछों विरासत विच माँ तो ही मिले, नानके घर तो ही तुहानू प्रेरणा मिली है गीत गाउण दी, लिखण दी। हाँ जी, हाँ जी, बाकी संतां महापुरशां दी कृपा है जी, सब उन्हां सदके हो रहा है जो भी हो रहा है। जिवें तुसी कह रहे सी कि तुसी उर्दू भी मतलब उर्दू विच भी PhD कीती, पंजाबी विच भी तुसी PhD कीती, डिप्लोमा कीता ते उर्दू विच भी। फिर जिस तरह कि मतलब कि भाव होंगे कि तुसी आप ही अपनी लिखता लिखते हो उहदे विच? नहीं, मैं PhD तो नहीं कह सकता, मैं सिर्फ डिप्लोमा ही किया 1 ईयर का उर्दू का, जी ते तीनों डिप्लोमे 1 ईयर के ने, पंजाबी लिटरेचर च मैं MA की है। ते हाँ जी, मैं लिख लेना, मैं कविता वगैरह कविता भी लिख लेना, ते गीत भी लिख लेना। ठीक है जी, कुछ ऐसियां सत्रां जिहड़ियां तुहाडे दिल नूं चंगियां लगदियां ने, तुसीं की साडे श्रोतियां नाल सांझा कर सकदे हो अपनी अपनी रचना करे तुसीं? अपनी रचना? हाँ जी हाँ जी, मैं एक पिछले गीत लिखा सी, वो उदी 17 सुना दूंगा। हो पता नहीं किनिया रमजा गुंदिया, खुलिया अखा भी ने धुंदिया, हर एक रंग दूजे तो वखरा, रंग बिरंगियां फिर दिया पुंडिया, हो किवें ओदे नाल गल्लां हुंदियां, वाला ले सब गुणियां, पर पता न लग्या किन्ने क रंग दी दुनिया, नजर न आवे ओ केड़े राने जिथों दी लंग दी दुनिया, हो पता न लग्या किन्ने क रंग दी दुनिया।
वाकिन के पता नहीं लग कि दुनिया दे ने ने ते दुनिया के ये बहुत अच्छे सत्रा लिखे ने जो आज कल दी दुनिया दे जड़े रंग ने उन्हां दे ऊपर काफी रोशनी पाई है तो साने गल गल विच भी काफी मिठास हैगी है तुहाडे तो असी थैंक यू जो वापस जाके क्योंकि उस गीत ते आने जरा ट्रैक गीत तुसी इस समय बार रिलीज किया है ओदे बारे थोड़ा दसो सानू। हाँ जी, ये गीत सिदकां दे काफले इस दा टाइटल है ते इस दी पंचलाइन है कि सिदकां दे काफलियां विच सवरां नाल तुरिए जी। जी ये गीत मेरे बड़े भरा ला लो जां मेरे डैडी समान अमनदीप सिंह जी स्कॉटलैंड तो ग्लासगो तो ने हो ते वो बहुत ही बढ़िया राइटर ने सुलझे हुए इंसान सुलझे हुए राइटर कह सकते हैं ते वो उन्होंने गजलों दी तीन पुस्तक भी आई ने। जी हाँ जी, तो उन्होंने पिछले दिन ही असं फेसबुक से जुड़े हुए हाँ तो पिछले दिन ही उन्होंने अपने फेसबुक से रचना पाई सी ते वो मैं पढ़ी तो मैं बहुत ही मतलब मेरे दिल को छुया। जी हेलो, हाँ जी सॉरी कोई गल नहीं लब हाँ जी तुसी उन्हां दी 17 पढ़ रहे सी फेसबुक ते ते तुहाडे दिल नूं चंगियां लगियां ने फिर हाँ जी, हाँ जी, ये चंगियां लगियां ते फिर मैं उसनों कंपोज किया ते फिर मैं सोचा भी क्यों ना इसनों गाया जावे रिकॉर्ड करवाया जावे फिर मैं रिकॉर्ड करवा ले सी। जब गीत ते म्यूजिक भी तुसी आप देते ते कंपोज भी तुसी आप किता है नहीं, म्यूजिक तो मेरे दोस्त ने इशांत पंडित उन्होंने दिता जी ते कंपोज मैं खुद किया जी। जी बहुत अच्छी कंपोजिशन है मैं थोड़ा गीत सुनिया सीगा मतलब कि जिदा मन नू एक टिकाओ भी दे ठहराओ भी है आवाज़ दे विच तो कितने ना कितने लगे कि जिंदा उहदे विच जिहड़ी पिक्चराइज भी किया सी जिवें कि किसानी संघर्ष नू कितने समर्पित आप जी ने किया है आवाज़ नू। हाँ जी, हाँ जी, बिल्कुल, जो अपना अंदोलन चल रहा है किसानी अंदोलन चल रहा है जी जो किसान भरा साढ़े बुजुर्ग साढ़े वीर साढ़िया मातावां भैणां उत्थे बैठे ने इस लड़ाई नूं लड़ रहे ने जी ते असीं जे उत्थे नहीं जा सकदे तां असीं सोचिआ वी क्यों ना असीं रब ने कला दित्ती है गाण दी ते वी क्यों ना इस रचना नूं गा के योगदान पाया जावे ते फिर असीं उस रचना नूं गा के ये योगदान निभाया। ये गीत पूरे का पूरा किसानी संघर्ष नूं अंदोलन नूं समर्पित है। सो मैं पूछना चाहूंगी कि ए तुसी प्रोफेशनली तौर ते गीत गाउंदे हो जां प्रोफेशनली तौर ते तुहाडा कोई होर किता कुछ होर करदे हो तुसी? नहीं, प्रोफेशनल तौर ते हजे शुरुआत ही कीती है, बाकी अगे आना चाहना मैं इस लाइन च ते इस गीत राही मतलब मेरी शुरुआत हुई है। मतलब इस गीत राही तुसी अपनी मतलब जगत विच पहचान बनाना चाहते हो ते इहदे नाल अगे तुरना चाहते हो क्योंकि गीत दे बोल भी बहुत अच्छे ने ते आवाज भी तुसी कहने जिवें परमात्मा ने 7 सुरां गले दे विच करके सुरिंदर नूं दुनिया ते भेजिया है। सो जिवें तुसी दस्सिया कि तुसी उर्दू दे भी 1 साल डिप्लोमा कीता पंजाबी यूनिवर्सिटी भी पढ़े हो सो इन्ना कुछ हुंदे सुनदे भी तां मैनूं इंज लगदा कि जिवें रब ने आप ही इंद्र सुरिंदर नूं तैयार करके दुनिया ते भेजे कि कॉम्प्लीमेंट भी है नाले यह भी देखा जाता कि पंजाब के हर एक कोने विच कोई ना कोई कितने ना कितने गीतकार सुरीला एक सुरिंदर की के पता नहीं हजारा सुरिंदर पंजाब दी गलियां विच लंघते ने मिलते ने। सो साडे हाँ जी, चैनल कृपा तो मालक दी वाहिगुरु दी रब दी हुंदी है जी, करिया करावे आपो आप जिवें अपने गुरबाणी जी गुरबाणी जी दे शब्द ने जी ते उन्हां दे हुक्म तो बिना कुछ नहीं हो सकता, बिल्कुल बिल्कुल वे कला भर करें दिंदे। ना ही हाथ सो गुरबाणी भी अपने हाँ आप जी, हाँ जी, मानस के कुछ नहीं होता। हाँ जी, हाँ जी बिल्कुल। ते तुसी अपने गीतां दे बारे थोड़ा होर जानना पाना चाहते हो दसना चाहते हो तुसी दस सकते हो बेशक दी क्योंकि साढ़े स्रोते तुहानूं सुनना चाहते ने तुसी अपनी आवाज च कोई आवाम वास्ते कोई पैगाम देना चाहते हो बेशक जी सदके कर सकते हो। मैं इसे गीत दे 17 गुनगुना दिना जी ते हाँ जी, क्योंकि बहुत ही मतलब ये गीत ने इतिहास कह सकते हैं इसनों।
ਇਹ ਲਾਈਨ ਮੇਰੇ ਖੁਦ ਨੇ ਇਹ ਲਾਈਨ ਮੈਨੂੰ ਕੰਪਲੀਮੈਂਟ ਦਿੱਤਾ ਸੀ ਦਰਸ਼ਨ ਔਲਖ ਜੀ ਨੇ, ਜੋ ਆਪਣੇ ਪੰਜਾਬੀ ਅਤੇ ਬਾਲੀਵੁੱਡ ਸਿਨੇਮਾ ਦੇ ਬਹੁਤ ਹੀ ਮਤਲਬ ਮਾਹਿਰ ਐਕਟਰ ਨੇ। ਜੀ ਹਾਂਜੀ, ਉਹਨਾਂ ਨੇ ਪਿਛਲੇ ਦਿਨ ਆਪਣੇ ਫੇਸਬੁੱਕ ਪੇਜ 'ਤੇ ਇਸ ਗੀਤ ਨੂੰ ਸ਼ੇਅਰ ਕੀਤਾ ਸੀ, ਅਤੇ ਉਹਨਾਂ ਦੀ ਮੈਨੂੰ ਕਾਲ ਆਈ ਅਤੇ ਉਹਨਾਂ ਨੇ ਮੈਨੂੰ ਮੁਬਾਰਕਾਂ ਦਿੱਤੀਆਂ, ਅਤੇ ਉਹ ਖੁਦ ਕਹਿੰਦੇ ਸੀ ਇਹ ਗੀਤ ਨਹੀਂ ਮਤਲਬ ਇੱਕ ਇਤਿਹਾਸ ਹੈ, ਵੀ ਇਹ ਬਹੁਤ ਹੀ ਵਧੀਆ ਰਚਨਾ ਹੈ ਅਤੇ ਹਰ ਇੱਕ ਨੂੰ ਮਤਲਬ ਜੋ ਉੱਥੇ ਅੰਦੋਲਨਕਾਰੀ ਬੈਠੇ ਨੇ ਉਹਨਾਂ ਨੂੰ ਪੋਜ਼ਿਟਿਵਿਟੀ ਦੇ ਸਕ ਮਿਲਦੀ ਹੈ। ਹਾਂਜੀ ਹਾਂਜੀ, ਜੀ ਤੇ ਉਹ ਕਿਸ ਗੀਤ ਦੇ ਮੈਂ 17 ਸੁਣਾਉਂਦਾ। ਭੁੱਲਾਂ ਤੋਂ ਸਬਕ ਸਿੱਖੀ ਦੇ ਬਹਿ ਕੇ ਨਾ ਝੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਸਵਰਾਂ ਨਾਲ ਤੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਵਰਾਂ ਨਾਲ ਤੁਰੀਏ ਜੀ। ਜ਼ੁਲਮ ਦੀ ਝੱਗ ਨੇ ਆਖਰ ਪੈਣਾ ਹੀ ਹੁੰਦਾ ਏ, ਸ਼ਬਨਮ ਨੇ ਫੁੱਲਾਂ ਉੱਤੇ ਪੈਣਾ ਹੀ ਹੁੰਦਾ ਏ, ਮਹਿਕਾਂ ਨੇ ਫੁੱਲਾਂ ਅੰਦਰ ਰਹਿਣਾ ਹੀ ਹੁੰਦਾ ਏ, ਮਹਿਕਾਂ ਦੇ ਵਰਗੇ ਬਣ ਕੇ ਰੂਹਾਂ ਵਿੱਚ ਭੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਵਾਹ ਵਾਹ, ਬਹੁਤ ਖੂਬ ਬਹੁਤ ਖੂਬ, ਲਿਖਤ ਵੀ ਕਾਫੀ ਅੱਛੀ ਹੈ, ਗੀਤ ਵੀ ਸੋ ਬਹੁਤ ਅੱਛੇ ਤਰੀਕੇ ਨਾਲ ਆਪ ਜੀ ਨੇ ਗਾਇਨ ਕੀਤਾ ਹੈ। ਜਿਨ੍ਹਾਂ ਦੀ ਰਚਨਾ ਹੈ ਉਹਨਾਂ ਦੇ ਵੀ ਕਾਫੀ ਅੱਛੇ ਬੋਲਾਂ ਦਾ ਜਿਹੜਾ ਤਾਲਮੇਲ ਹੈ, ਜਿਹੜਾ ਵਜ਼ਨ ਹੈ, ਪੂਰੀ ਤਰ੍ਹਾਂ ਉਹਦੇ ਵਿੱਚ ਆਉਂਦਾ। ਸੋ ਅਸੀਂ ਆਸ ਕਰਾਂਗੇ ਕਿ ਤੁਹਾਡਾ ਗੀਤ ਬਹੁਤ ਵਧੀਆ ਚੱਲੇ ਅਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਦੇਣ। ਸੋ ਸਾਡੇ ਕੋਲ ਬਹੁਤ ਸਮਾਂ ਸ਼ੁਕਰੀਆ ਸੀਮਾ 'ਤੇ, ਇੱਕ ਵਾਰ ਫਿਰ ਅਸੀਂ ਤੁਹਾਡਾ ਆਪਣੇ ਚੈਨਲ ਪੰਜਾਬੀ ਵਿਰਾਸਤ 'ਚ ਵੀ ਅਸੀਂ ਵੱਲੋਂ ਧੰਨਵਾਦ ਕਰਨਾ ਚਾਹਾਂਗੇ ਅਤੇ ਬਹੁਤ ਬਹੁਤ ਜੀ ਆਇਆਂ ਨੂੰ। ਸੋ ਆਪ ਜੀ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਨੂੰ ਹੋਰ ਧੰਨਵਾਦੀ ਬਣਾਇਆ। ਸੋ ਥੈਂਕ ਯੂ ਤੁਹਾਡਾ, ਅਤੇ ਬਹੁਤ ਸ਼ੁਕਰੀਆ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਕਾਫੀ ਟਾਈਮ ਸਮੇਂ ਤੋਂ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਕਿਸੇ ਰੀਜ਼ਨ ਕਰਕੇ ਹੋ ਨਹੀਂ ਸਕੀ। ਸੋ ਆਪ ਜੀ ਦਾ ਇੱਕ ਵਾਰ ਫਿਰ ਪੰਜਾਬੀ ਵਿਰਾਸਤ ਨੇਗਾ ਸਵਾਲ ਕਰਦੇ ਹਾਂ। ਇੱਕ ਅੱਧਾ ਮਿੰਟ ਸਾਡੇ ਕੋਲ ਹੋਰ ਹੈਗਾ, ਜੇ ਤੁਸੀਂ ਹੋਰ ਕੁਛ ਆਪਣੇ ਨਾਲ ਦੱਸਣਾ ਚਾਹੁੰਦੇ ਹੋ ਬੇਸ਼ੱਕ ਤੁਸੀਂ ਦੱਸ ਸਕਦੇ ਹੋ। ਜਿਹੜਾ ਸਾਡਾ ਉੱਥੇ ਪੰਜਾਬ ਦਾ ਨੌਜਵਾਨ ਹੈ ਉਹਨਾਂ ਦੇ ਬਾਰੇ ਤੁਸੀਂ ਉਹਨਾਂ ਵਾਸਤੇ ਕੋਈ ਮੈਸੇਜ ਸੁਨੇਹਾ ਦੇਣਾ ਚਾਹੁੰਦੇ ਹੋ, ਕਿਉਂਕਿ ਕਈ ਵਾਰੀ ਪੰਜਾਬ ਦੇ ਹਾਲਾਤ ਇਸ ਸਮੇਂ 'ਤੇ ਜਿਹੜੇ ਹੈਗੇ ਨੇ ਬਹੁਤ ਗੰਭੀਰ ਨੇ, ਉਹਨਾਂ ਵਾਸਤੇ ਕੋਈ ਆਪਣੇ ਮੁੱਖ ਕੋਈ ਸੁਨੇਹਾ ਪੈਗਾਮ ਦੇਣਾ ਚਾਹੁੰਦੇ ਹੋ ਬੇਸ਼ੱਕ ਕਹਿ ਸਕਦੇ ਹੋ। ਪੈਗਾਮ ਤਾਂ ਇਹ ਹੈ ਕਿ ਪਹਿਲਾਂ ਤਾਂ ਅਰਦਾਸ ਇਹੀ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਇਹ ਅੰਦੋਲਨ ਛੇਤੀ ਖਤਮ ਹੋਵੇ, ਆਪਣੇ ਹੱਕਾਂ ਦੀ ਜਿੱਤ ਹੋਵੇ, ਤੇ ਬਾਕੀ ਨੌਜਵਾਨ ਨੂੰ ਜੋ ਵੀ ਲਿਖ ਰਿਹਾ ਚੰਗਾ ਲਿਖੇ, ਜੋ ਗਾ ਰਿਹਾ ਚੰਗਾ ਗਾਏ, ਤੇ ਜੋ ਪੜ੍ਹ ਰਿਹਾ ਚੰਗਾ ਪੜ੍ਹੇ, ਤੇ ਛੋਟੀ ਜਿਹੀ ਲਾਈਫ ਹੈ, ਵਧੀਆ ਹੱਸਦੇ ਰਹੋ, ਖੇਡਦੇ ਰਹੋ, ਤੇ ਬਸ ਇਹੀ, ਖੁਸ਼ ਰਹੋ, ਖੁਸ਼ ਰਹੋ ਬਿਲਕੁਲ, ਕਿਉਂਕਿ ਜਿਵੇਂ ਗੀਤ ਵਿੱਚ ਆਉਂਦੇ ਸਬਰਾਂ ਦੇ ਕਾਫਲੇ, ਸਬਰ ਤੇ ਮਿਹਨਤ ਸਬਰਾਂ ਨਾਲ ਤੁਰੀਏ। ਹਾਂਜੀ ਹਾਂ, ਸਬਰ ਤੇ ਮਿਹਨਤ ਜ਼ਿੰਦਗੀ ਵਿੱਚ ਰੰਗ ਲਾਉਂਦੇ ਨੇ। ਇਹ ਗੀਤ ਵੀ ਇਸੇ ਕਰਕੇ ਕਿ ਜਿਵੇਂ ਉਹ ਕਿਸਾਨ ਬੈਠੇ ਉਹਨਾਂ ਨੂੰ ਪੋਜ਼ਿਟਿਵਿਟੀ ਮਿਲਣੀ ਹੈ, 4 ਮਹੀਨੇ ਹੋ ਗਏ ਨੇ ਬੈਠੇ ਹੋਏ ਨੇ, ਸਬਰ ਦੇ ਨਾਲ ਹਾਂਜੀ ਬੈਠੇ ਹਾਂਜੀ ਹੋਏ ਨੇ ਤੇ ਜਿਹੜੀ ਮਿਹਨਤ ਉੱਥੇ ਕਰਦੇ ਪਏ ਨੇ, ਮਿਹਨਤ ਤੇ ਸਬਰ ਉਹਨਾਂ ਦੀ ਜ਼ਿੰਦਗੀ ਵਿੱਚ ਰੰਗ ਲੈ ਕੇ ਆਵੇਗਾ, ਇਹ ਸਾਡਾ ਹਾਂਜੀ ਜ਼ਰੂਰ ਨਿਸ਼ਚੈ ਜ਼ਰੂਰ ਹੈ, ਇਹ ਸਾਡਾ ਯਕੀਨ ਹੈ। ਤੇ ਜਿਵੇਂ ਇਸ ਸਬਰ ਦੇ ਵਿੱਚ ਤੁਸੀਂ ਇਹ ਗੀਤ ਨੂੰ ਗਾਇਆ ਤਾਂ ਅਸੀਂ ਗੁਰੂ ਮਹਾਰਾਜ ਕੋਲ ਇਹ ਅਰਦਾਸ ਕਰਾਂਗੇ ਕਿ ਇਸ ਸਬਰ ਦੇ ਗੀਤ ਦੇ ਵਿੱਚੋਂ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਬੁਲੰਦੀਆਂ ਤੱਕ ਆਪ ਜੀ ਪਹੁੰਚੋ ਅਤੇ ਨਿਖਰ ਕੇ ਜਗਤ ਦੇ ਸਾਹਮਣੇ ਆਓ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਨੂੰ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸੋ ਬਹੁਤ ਸ਼ੁਕਰੀਆ ਮੈਮ, ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇ, ਤੁਹਾਡੇ ਨਾਲ ਤੁਹਾਡੀ ਅਗਲੀ ਨਵਾਂ ਗੀਤ ਕੋਈ ਨਿਕਲੇਗਾ, ਕੋਈ ਵੀ ਆਏਗਾ, ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲ ਕਰਕੇ, ਤਾਂ ਸਾਨੂੰ ਵੀ ਚੰਗਾ ਲੱਗੇਗਾ। ਸੋ ਹੁਣ ਤੱਕ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫਿਰ ਪਿਆਰ ਨਾਲ ਸਵਾਗਤ, ਅਤੇ ਇੱਥੇ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ, ਧੰਨਵਾਦ ਜੀ, ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਸੋ ਸਰੋਤਿਓ, ਤੁਸੀਂ ਵੀ ਦੇਖਦੇ ਰਹਿਣਾ ਪੰਜਾਬੀ ਵਿਰਾਸਤ ਯੂ ਐੱਸ ਏ,
ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਵਾਰੀ ਇੱਕ ਨਵਾਂ ਪ੍ਰੋਗਰਾਮ ਤੁਹਾਡੇ ਰੂਬਰੂ ਲੈ ਕੇ ਆਈਏ, ਤੁਹਾਨੂੰ ਅੰਦਰ ਅਸੀਂ ਇੱਕ ਨਵੀਂ ਹਸਤੀਆਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹੀਏ। ਸੋ ਆਪ ਜੀ ਨੇ ਜ਼ਰੂਰ ਪੰਜਾਬੀ USA ਨੂੰ ਸਬਸਕ੍ਰਾਈਬ ਵੀ ਕਰਨਾ, ਦੇਖਦੇ ਵੀ ਰਹਿਣਾ, ਆਪਣਾ ਸਹਿਯੋਗ ਵੀ ਦੇਣਾ, ਅਤੇ ਇਹ ਸੁਰਿੰਦਰ ਜੀ ਨੂੰ ਵੀ ਆਪਣਾ ਪਿਆਰ ਦੇਣਾ, ਨਿਵਾਜਣਾ। ਸੋ ਤਦ ਤੱਕ ਅਸੀਂ ਆਪ ਜੀ ਦੇ ਅਗਲੇ ਪ੍ਰੋਗਰਾਮ ਤੱਕ ਦਰਸ਼ਨ ਕਰਾਂਗੇ। ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।